ਕਿੱਟੂ ਜੀ ਕਈ ਵਾਰ ਕੀ ਹੁੰਦਾ ਕਿ ਆਪਾਂ ਇਹ ਦੇਖਿਆ ਵੀ ਹੈ ਕਿ ਬੱਚੇ ਬਹੁਤ ਸ਼ਰਾਰਤ ਕਰਦੇ ਨੇ ਜਦੋਂ ਪ੍ਰੈਕਟਿਸ ਕਰਦੇ ਨੇ ਉਦੋਂ ਸ਼ਰਾਰਤ ਕਰਦੇ ਨੇ ਜਾਂ ਫਿਰ ਜਦੋਂ ਪ੍ਰੈਕਟਿਸ ਨਹੀਂ ਕਰਦੇ ਉਦੋਂ ਸ਼ਰਾਰਤ ਕਰਦੇ ਨੇ ਤਾਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਡਾਂਟ ਵੀ ਦਿੰਦੇ ਹੋ ਕਿਉਂਕਿ ਸਾਰੀ ਰਿਸਪੋਂਸਿਬਿਲਿਟੀ ਤੁਹਾਡੇ ਉੱਪਰ ਹੁੰਦੀ ਹੈ ਅਤੇ ਬੱਚੇ ਤੁਹਾਨੂੰ ਆਪਣਾ ਫਾਦਰ ਵੀ ਸਮਝਦੇ ਨੇ ਉਸ ਵੇਲੇ ਬਿਲਕੁਲ ਬਿਲਕੁਲ ਅਤੇ ਬੱਚੇ ਨਾਰਾਜ਼ ਹੋ ਜਾਂਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਡਾਂਟਦੇ ਹੋ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਇਸ ਤਰ੍ਹਾਂ ਦਾ ਕਦੇ ਡਾਂਟਿਆ ਹੀ ਨਹੀਂ ਕਿ ਜੇ ਉਹ ਨਾਰਾਜ਼ ਹੋ ਜਾਣ ਪਰ ਜੇ ਕਿਸੇ ਗੱਲ ਤੋਂ ਨਾਰਾਜ਼ ਹੋ ਵੀ ਜਾਂਦੇ ਆ ਫਿਰ ਮੈਂ ਕਈ ਵਾਰੀ ਆਪਣੇ ਤਰੀਕੇ ਨਾਲ ਉਹਨਾਂ ਨੂੰ ਮਨਾਇਆ ਔਰ ਉਹ ਮੰਨ ਵੀ ਜਾਂਦੇ ਨੇ ਕਿਉਂਕਿ ਬੱਚੇ ਨੇ ਮੰਨ ਵੀ ਜਾਂਦੇ ਨੇ ਫਿਰ ਮੈਂ ਕਈ ਵਾਰ ਮਨਾਉਂਦਾ ਹੁੰਦਾ ਯਾਰ ਸੌਰੀ ਯਾਰ ਮਾਫ਼ ਕਰਦੇ ਯਾਰ ਬਹੁਤ ਹੋ ਗਿਆ ਯਾਰ ਹੁਣ ਤਾਂ ਮੰਨ ਜਾ ਯਾਰ ਗੁੱਸੇ 'ਚ ਨਹੀਂ ਕਦੇ ਡਾਂਟਿਆ ਉਹਨਾਂ ਨੂੰ ਉਹਨਾਂ ਦੇ ਭਲੇ ਵਾਸਤੇ ਹੀ ਹਮੇਸ਼ਾ ਗੱਲ ਕੀਤੀ ਕਿ ਇਸ ਤਰ੍ਹਾਂ ਨਹੀਂ ਕਰੀਦਾ ਉਸ ਤਰ੍ਹਾਂ ਨਹੀਂ ਕਰੀਦਾ ਕਿਉਂਕਿ ਬਚਪਨ ਹੈ ਸੋ ਅਸੀਂ ਵੀ ਉਸੇ ਦੌਰ 'ਚੋਂ ਨਿਕਲ ਕੇ ਆਏ ਹਾਂ ਆਪਣਾ ਬਚਪਨ ਯਾਦ ਆਉਂਦਾ ਸੋ ਇਸ ਕਰਕੇ ਕੋਸ਼ਿਸ਼ ਕਰਦਾ ਕਿ ਇਹਨਾਂ ਨਾਲ ਫਰੈਂਡਲੀ ਇਹਨਾਂ ਦੇ ਲੈਵਲ 'ਤੇ ਹੀ ਮੈਂ ਰਹਿ ਕੇ ਇਹਨਾਂ ਨਾਲ ਗੱਲ ਕਰਾਂ